ਫੌਜੀ ਵੀਰ ਆਪਣੇ ਪਰਿਵਾਰ ਦੇ ਨਾਲ ਭੈਣ ਦੇ ਘਰੋਂ ਵਾਪਸ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ। ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਅੱਗ ਲੱਗਣ ਦੇ ਕਾਰਨ ਕਾਰ ਦਾ ਕੀ ਹਾਲ ਹੋਇਆ ਹੈ। ਦਰਅਸਲ ਫੌਜੀ ਆਪਣੇ 3 ਬੱਚਿਆਂ ਅਤੇ ਪਤਨੀ ਸਮੇਤ ਆਪਣੀ ਭੈਣ ਦੇ ਘਰੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਅਚਾਨਕ ਉਸਦੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ। ਕਿਸੇ ਤਰੀਕੇ ਦੇ ਨਾਲ ਉਹ ਗੱਡੀ ਦੀਆਂ ਬ੍ਰੇਕਾਂ ਲਗਾਉਂਦਾ ਹੈ, ਆਪਣੇ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਬਾਹਰ ਕੱਢਦਾ ਹੈ ਗੱਡੀ 'ਚੋਂ, ਜਿਸ ਕਰਕੇ ਉਸਦਾ ਅਤੇ ਉਸਦੇ ਬੱਚਿਆਂ ਦਾ ਪਰਿਵਾਰ ਦਾ ਬਚਾਅ ਹੋ ਜਾਂਦਾ ਹੈ। ਪਰ ਉਸਦੀ ਗੱਡੀ ਸੜ ਕੇ ਸਵਾਹ ਹੋ ਗਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਿਆਸ ਬਟਾਲਾ ਸੜਕ ਦੀਆਂ, ਜਿੱਥੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਬਾਬਾ ਬਕਾਲਾ ਸਾਹਿਬ ਨਜ਼ਦੀਕ ਪੈਂਦੇ ਪਿੰਡ ਨੇੜੇ ਇਹ ਹਾਦਸਾ ਵਾਪਰਿਆ ਹੈ। ਕਾਰ ਚਾਲਕ ਤੋਂ ਇਲਾਵਾ ਔਰਤ ਅਤੇ ਬੱਚੇ ਇਸ ਕਾਰ ਦੇ ਵਿੱਚ ਸਵਾਰ ਸਨ। ਟੋਟਲ 5 ਲੋਕ ਇਸ ਕਾਰ ਦੇ ਵਿੱਚ ਸਵਾਰ ਸਨ। ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ 5 ਦਾ ਬਚਾਅ ਹੋ ਗਿਆ ਹੈ, ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਰ ਮਾਲੀ ਨੁਕਸਾਨ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਜ਼ਿਆਦਾ ਹੋ ਗਿਆ। ਤਸਵੀਰਾਂ ਦੇ ਵਿੱਚ ਧੂ ਧੂ ਕੇ ਬਲ ਰਹੀ ਇਸ ਲਗਜ਼ਰੀ ਗੱਡੀ ਦੀਆਂ ਤਸਵੀਰਾਂ ਬਾਬਾ ਬਕਾਲਾ ਸਾਹਿਬ ਨਜ਼ਦੀਕ ਦੀਆਂ ਹਨ, ਜਿਸ ਵਿੱਚ ਸਵਾਰ ਕਰੀਬ 4 ਤੋਂ 5 ਲੋਕ ਸੀ। ਸਾਰਿਆਂ ਦਾ ਬਚਾ ਰਿਹਾ ਹੈ ਪਰ ਜਿਹੜੀ ਗੱਡੀ ਹੈ ਉਹ ਨਹੀਂ ਬਚ ਸਕੀ। ਤਾਂ ਅਕਸਰ ਹੀ ਸਰਦੀਆਂ ਦੇ ਵਿੱਚ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ, ਜਿਸ ਦੇ ਵਿੱਚ ਕਈ ਕਾਰਾਂ ਨੂੰ ਚੱਲਦੀ ਅੱਗ ਲੱਗ ਜਾਂਦੀ ਹੈ। ਕਈ ਵਾਰ ਤਾਂ ਹੀਟਰ ਜ਼ਿਆਦਾ ਛੱਡਣ ਦੇ ਨਾਲ ਇੰਜਨ ਗਰਮ ਹੋਣ ਕਰਕੇ ਅੱਗ ਲੱਗ ਜਾਂਦੀ ਹੈ, ਅਤੇ ਕਈ ਵਾਰ ਸ਼ਾਰਟ ਸਰਕਟ ਕਰਕੇ ਇਹ ਅੱਗ ਲੱਗਦੀ ਹੈ। ਪਰ ਇਹ ਜਾਂਚ ਦਾ ਵਿਸ਼ਾ ਹੈ, ਇਹ ਜਾਂਚ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ। ਪਰ ਦੱਸ ਦਈਏ ਕਿ ਕਈ ਘਟਨਾਵਾਂ ਇੰਜ ਦੀਆਂ ਵਾਪਰਦੀਆਂ ਨੇ। ਤਾਂ ਇਸ ਦੇ ਵਿੱਚ ਕਰਨਾ ਕੀ ਹੁੰਦਾ ਹੈ, ਜਿਵੇਂ ਹੀ ਤੁਹਾਨੂੰ ਲੱਗਦਾ ਤੁਹਾਡੀ ਗੱਡੀ ਨੂੰ ਅੱਗ ਲੱਗੀ, ਫਟਾਫਟ ਉਸ ਦੀਆਂ ਬ੍ਰੇਕਾਂ ਲਾ ਕੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਓ, ਨਹੀਂ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਫੌਜੀ ਵੀਰ ਨੇ ਵੀ ਫੁਰਤੀ ਦਿਖਾਉਂਦੇ ਹੋਏ ਆਪਣੇ ਪੂਰੇ ਪਰਿਵਾਰ ਦੀ ਜਾਨ ਬਚਾ ਲਈ ਹੈ। ਹਾਲਾਂਕਿ ਗੱਡੀ ਤਾਂ ਨਹੀਂ ਬਚ ਸਕੀ ਪਰ ਜਿਹੜਾ ਪਰਿਵਾਰ ਹੈ ਉਹ ਪੂਰੇ ਦਾ ਪੂਰਾ ਬਚ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਕਿਸੇ ਨੂੰ ਇੱਕ ਖਰੋਂਚ ਵੀ ਨਹੀਂ ਆਈ ਹੈ। ਮੌਕੇ 'ਤੇ ਖੜ੍ਹੇ ਲੋਕਾਂ ਨੇ ਇਸ ਬਲਦੀ ਹੋਈ ਗੱਡੀ ਦੀ ਵੀਡੀਓ ਬਣਾ ਲਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਦੇਖ ਹੀ ਸਕਦੇ ਹੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ, ਪੂਰੀ ਗੱਡੀ ਜਲ ਕੇ ਸਵਾਹ ਹੋ ਗਈ ਹੈ। ਕੁਛ ਹੀ ਪਲਾਂ ਦੇ ਵਿੱਚ ਇਸ ਨੂੰ ਅੱਗ ਲੱਗੀ ਅਤੇ ਇਸਦਾ ਇਹ ਹਾਲ ਹੋ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ। ਫੌਜੀ ਵੀਰ ਆਪਣੇ ਪਰਿਵਾਰ ਦੇ ਨਾਲ ਭੈਣ ਦੇ ਘਰੋਂ ਵਾਪਸ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ। ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਅੱਗ ਲੱਗਣ ਦੇ ਕਾਰਨ ਕਾਰ ਦਾ ਕੀ ਹਾਲ ਹੋਇਆ ਹੈ। ਦਰਅਸਲ ਫੌਜੀ ਆਪਣੇ 3 ਬੱਚਿਆਂ ਅਤੇ ਪਤਨੀ ਸਮੇਤ ਆਪਣੀ ਭੈਣ ਦੇ ਘਰੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਅਚਾਨਕ ਉਸਦੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ। ਕਿਸੇ ਤਰੀਕੇ ਦੇ ਨਾਲ ਉਹ ਗੱਡੀ ਦੀਆਂ ਬ੍ਰੇਕਾਂ ਲਗਾਉਂਦਾ ਹੈ, ਆਪਣੇ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਬਾਹਰ ਕੱਢਦਾ ਹੈ ਗੱਡੀ 'ਚੋਂ, ਜਿਸ ਕਰਕੇ ਉਸਦਾ ਅਤੇ ਉਸਦੇ ਬੱਚਿਆਂ ਦਾ ਪਰਿਵਾਰ ਦਾ ਬਚਾਅ ਹੋ ਜਾਂਦਾ ਹੈ। ਪਰ ਉਸਦੀ ਗੱਡੀ ਸੜ ਕੇ ਸਵਾਹ ਹੋ ਗਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਿਆਸ ਬਟਾਲਾ ਸੜਕ ਦੀਆਂ, ਜਿੱਥੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਬਾਬਾ ਬਕਾਲਾ ਸਾਹਿਬ ਨਜ਼ਦੀਕ ਪੈਂਦੇ ਪਿੰਡ ਨੇੜੇ ਇਹ ਹਾਦਸਾ ਵਾਪਰਿਆ ਹੈ। ਕਾਰ ਚਾਲਕ ਤੋਂ ਇਲਾਵਾ ਔਰਤ ਅਤੇ ਬੱਚੇ ਇਸ ਕਾਰ ਦੇ ਵਿੱਚ ਸਵਾਰ ਸਨ। ਟੋਟਲ 5 ਲੋਕ ਇਸ ਕਾਰ ਦੇ ਵਿੱਚ ਸਵਾਰ ਸਨ। ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ 5 ਦਾ ਬਚਾਅ ਹੋ ਗਿਆ ਹੈ, ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਰ ਮਾਲੀ ਨੁਕਸਾਨ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਜ਼ਿਆਦਾ ਹੋ ਗਿਆ। ਤਸਵੀਰਾਂ ਦੇ ਵਿੱਚ ਧੂ ਧੂ ਕੇ ਬਲ ਰਹੀ ਇਸ ਲਗਜ਼ਰੀ ਗੱਡੀ ਦੀਆਂ ਤਸਵੀਰਾਂ ਬਾਬਾ ਬਕਾਲਾ ਸਾਹਿਬ ਨਜ਼ਦੀਕ ਦੀਆਂ ਹਨ, ਜਿਸ ਵਿੱਚ ਸਵਾਰ ਕਰੀਬ 4 ਤੋਂ 5 ਲੋਕ ਸੀ। ਸਾਰਿਆਂ ਦਾ ਬਚਾਅ ਰਿਹਾ ਹੈ ਪਰ ਜਿਹੜੀ ਗੱਡੀ ਹੈ
ਉਹ ਨਹੀਂ ਬਚ ਸਕੀ। ਤਾਂ ਅਕਸਰ ਹੀ ਸਰਦੀਆਂ ਦੇ ਵਿੱਚ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਕਈ ਕਾਰਾਂ ਨੂੰ ਚੱਲਦੀ ਅੱਗ ਲੱਗ ਜਾਂਦੀ ਹੈ। ਕਈ ਵਾਰ ਤਾਂ ਹੀਟਰ ਜ਼ਿਆਦਾ ਛੱਡਣ ਦੇ ਨਾਲ ਇੰਜਨ ਗਰਮ ਹੋਣ ਕਰਕੇ ਅੱਗ ਲੱਗ ਜਾਂਦੀ ਹੈ ਅਤੇ ਕਈ ਵਾਰ ਸ਼ਾਰਟ ਸਰਕਟ ਕਰਕੇ ਇਹ ਅੱਗ ਲੱਗਦੀ ਹੈ। ਪਰ ਇਹ ਜਾਂਚ ਦਾ ਵਿਸ਼ਾ ਹੈ, ਇਹ ਜਾਂਚ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ। ਪਰ ਦੱਸ ਦਈਏ ਕਿ ਕਈ ਘਟਨਾਵਾਂ ਇੰਜ ਦੀਆਂ ਵਾਪਰਦੀਆਂ ਨੇ। ਤਾਂ ਇਸ ਦੇ ਵਿੱਚ ਕਰਨਾ ਕੀ ਹੁੰਦਾ, ਜਿਵੇਂ ਹੀ ਤੁਹਾਨੂੰ ਲੱਗਦਾ ਤੁਹਾਡੀ ਗੱਡੀ ਨੂੰ ਅੱਗ ਲੱਗੀ, ਫਟਾਫਟ ਉਸ ਦੀਆਂ ਬ੍ਰੇਕਾਂ ਲਾ ਕੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਓ, ਨਹੀਂ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਫੌਜੀ ਵੀਰ ਨੇ ਵੀ ਫੁਰਤੀ ਦਿਖਾਉਂਦੇ ਹੋਏ ਆਪਣੇ ਪੂਰੇ ਪਰਿਵਾਰ ਦੀ ਜਾਨ ਬਚਾ ਲਈ ਹੈ। ਹਾਲਾਂਕਿ ਗੱਡੀ ਤਾਂ ਨਹੀਂ ਬਚ ਸਕੀ, ਪਰ ਜਿਹੜਾ ਪਰਿਵਾਰ ਹੈ ਉਹ ਪੂਰੇ ਦਾ ਪੂਰਾ ਬਚ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਕਿਸੇ ਨੂੰ ਇੱਕ ਖਰੋਂਚ ਵੀ ਨਹੀਂ ਆਈ ਹੈ। ਮੌਕੇ 'ਤੇ ਖੜ੍ਹੇ ਲੋਕਾਂ ਨੇ ਇਸ ਬਲਦੀ ਹੋਈ ਗੱਡੀ ਦੀ ਵੀਡੀਓ ਬਣਾ ਲਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਦੇਖ ਹੀ ਸਕਦੇ ਹੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ, ਪੂਰੀ ਗੱਡੀ ਜਲ ਕੇ ਸਵਾਹ ਹੋ ਗਈ ਹੈ। ਕੁਛ ਹੀ ਪਲਾਂ ਦੇ ਵਿੱਚ ਇਸ ਨੂੰ ਅੱਗ ਲੱਗੀ ਅਤੇ ਇਸਦਾ ਇਹ ਹਾਲ ਹੋ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ।